सत श्री अकाल दोस्तों, मैं हरमन स्वागत करदा तुहाडा सारिआं दा तुहाडे अपने यूट्यूब चैनल मीत अकैडमी दे उत्ते। ते अज मैं तुहाडे लई बहुत ही वधिया रिक्रूटमेंट नोटिफिकेशन दे रिलेटिड अपडेट लैके आया जो कि निकल के आ चुका है PSPCL दे वल्लों। जी हां दोस्तों, इसदे रिलेटिड जिहड़े दो तो तीन नोटिस नवें आउट होए ने उहदे बारे विच अज आपां ब्रीफ च गल करांगे। सो उहदे विच की जिहड़ा है अपडेट विच दस्सिआ गिआ है, सो तुसीं वीडियो नूं एंड तक पूरा जरूर देखना जी। तुहानूं कंप्लीट चीज़ां दस्सांगा की उहदे च दस्सिआ गिआ अपडेट जिहड़ा है नवां आया होया जी। सो सब तो पहलो तुसीं साडे चैनल ते फस्ट टाइम आ रहे हो, चैनल नूं सबसक्राइब कर लवो ते नाल दी नाल बैल आइकन भी दबा दो जिदे नाल तुहानूं हर एक अपडेट तुहाडे मोबाइल दे विच मिलदा रहेगा। समां रहिंदे हर एक अपडेट नूं अप्लाई भी कर पाओगे। और हाले तक अगर तुसीं साडी वैबसाइट नूं सबसक्राइब नहीं कीता जो कि www.clory.com, उस नूं भी सबसक्राइब कर सकते हो। उहदे नाल तुहाडी ईमेल बॉक्स दे विच सारे अपडेट जिहड़े जॉब दे रिलेटिड होणगे, चाहे कोई गवर्नमेंट अनाउंसमेंट्स होण, हर एक तरह दे अपडेट तुहाडे मोबाइल दी ईमेल बॉक्स तुहानूं मिल जाणगे ते तुसीं समां रहिंदे उहनूं अप्लाई भी कर पाओगे। बहुत ही वधिया रिक्रूटमेंट नोटिफिकेशन जिहड़े ने जी आउट कीते गए ने लेटेस्ट, जिहड़े कि पंजाब कैंडिडेट्स दे लई ने। ਤੁਸੀਂ ਹਾਲੇ ਤੱਕ ਜਾ ਕੇ ਚੈੱਕ ਨਹੀਂ ਕੀਤੇ ਤਾਂ ਜਲਦੀ ਨਾਲ ਜਾ ਕੇ ਚੈੱਕ ਜ਼ਰੂਰ ਨਾਲ ਕਰ ਲਵੋ ਜੀ। ਮੈਂ ਤੁਹਾਡੇ ਲਈ ਨਵੇਂ ਨਵੇਂ ਅਪਡੇਟ ਇਸੇ ਤਰ੍ਹਾਂ ਲੈ ਕੇ ਆਉਂਦਾ ਰਹਾਂਗਾ। ਤੁਸੀਂ ਕਿਸੇ ਗਵਰਮੈਂਟ ਜੋਬ ਦੀ ਵੀ ਤਿਆਰੀ ਕਰ ਰਹੇ ਹੋ, ਉਹਦੇ ਲਈ ਸਟੱਡੀ ਮਟੀਰੀਅਲ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗੀ। ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ। ਕੋਈ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ, ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ। ਸੋ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਵੱਲ। ਇਸਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਅਪਡੇਟ ਆਇਆ ਹੋਇਆ ਹੈ ਜੀ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਵੱਲੋਂ ਆਉ ਹੈ ਆਊਟ ਹੋ ਚੁੱਕਾ ਹੈ ਜੀ, ਜਿਹਦੇ ਕਿ ਸਾਰੀਆਂ ਭਰਤੀਆਂ ਜਿਹੜੀ ਆਊਟ ਹੋਈਆਂ ਸੀਗੀਆਂ PSPCL ਵੱਲੋਂ, ਉਹਦੇ ਰਿਲੇਟਡ ਅਪਡੇਟ ਹੈ। ਇਸ ਦੇ ਵਿੱਚ ਉਹਨਾਂ ਨੇ ਐਗਜ਼ਾਮ ਜਿਹੜੇ ਜੀ ਇਹਦੇ ਸ਼ਡਿਊਲ ਕਰ ਦਿੱਤਾ ਹੈ, ਜੋ ਕਿ ਜਿਹੜੇ ਨੋਟੀਫਿਕੇਸ਼ਨ ਆਊਟ ਹੋਏ ਹੈ 10/2021 ਅਤੇ 11/2021 ਦੇ ਰਿਲੇਟਡ ਜਿੰਨੇ ਵੀ ਐਗਜ਼ਾਮੀਨੇਸ਼ਨ ਹੋਣੇ ਨੇ। ਸੋ ਉਹਨਾਂ ਨੇ ਜਿਹੜੇ ਨੇ CBT ਟੈਸਟ ਜਿਹੜਾ ਹੋਣਾ ਹੈ ਉਹਦੀਆਂ ਜਿਹੜੀਆਂ ਨੇ ਡੇਟਸ ਸ਼ਡਿਊਲ ਕਰ ਦਿੱਤੀਆਂ ਨੇ। ਸਭ ਤੋਂ ਪਹਿਲਾਂ ਜਿਹਨਾਂ ਨੇ ਜੂਨੀਅਰ ਇੰਜੀਨੀਅਰ ਸਬ ਸਟੇਸ਼ਨ ਦੇ ਲਈ ਕੀਤਾ ਅਪਲਾਈ, Shift 1 ਜਿਹੜਾ ਕਿ 8:30 ਤੋਂ ਲੈ ਕੇ 10:30 ਤੱਕ ਜਿਹੜਾ ਤੁਹਾਡਾ ਐਗਜੈਕਟ ਟਾਈਮ ਹੋਏਗਾ। ਐਗਜ਼ਾਮ ਡੇਟ ਜਿਹੜੀ ਹੈ ਜੀ 2 ਅਗਸਤ 2021 ਹੈ। ਜੂਨੀਅਰ ਇੰਜੀਨੀਅਰ ਸਬ ਸਟੇਸ਼ਨ ਦੀਆਂ Shift 2 ਅਤੇ ਅਸਿਸਟੈਂਟ ਮੈਨੇਜਰ HR ਦੀਆਂ ਜਿਹੜੀ ਹੈ ਉਹ ਤੁਹਾਡੀ Shift 2 ਦੇ ਵਿੱਚ ਪੇਪਰ ਹੋਣਗੇ, ਜੋ ਕਿ ਤੁਹਾਡਾ ਟੈਸਟ 12:30 ਤੋਂ ਲੈ ਕੇ 2:30 ਤੱਕ ਹੋਏਗਾ, ਜੋ ਕਿ 2 ਅਗਸਤ ਨੂੰ ਹੋਣਾ ਹੈ। ਉਸ ਤੋਂ ਬਾਅਦ ਤੀਸਰੀ ਸ਼ਿਫਟ ਦੇ ਵਿੱਚ ਅਸਿਸਟੈਂਟ ਇੰਜੀਨੀਅਰ OT ਸਿਵਲ ਡਿਵੀਜ਼ਨ ਅਕਾਊਂਟੈਂਟ ਅਤੇ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੇ ਜਿਹੜਾ ਤੀਸਰੀ ਸ਼ਿਫਟ ਦੇ ਵਿੱਚ ਹੋਏਗਾ, 4:30 ਤੋਂ ਲੈ ਕੇ 6:30 ਤੱਕ ਤੁਹਾਡਾ ਜਿਹੜਾ ਟੈਸਟ ਹੈ ਜੀ ਉਹ ਹੋਣ ਜਾ ਰਿਹਾ ਜੀ। ਨੈਕਸਟ 3 ਅਗਸਤ ਨੂੰ ਤੁਹਾਡਾ ਇੱਕ ਟੈਸਟ ਹੋਏਗਾ ਜਿਨ੍ਹਾਂ ਦਾ ਲੋਅਰ ਡਿਵੀਜ਼ਨ ਕਲਰਕ ਟਾਈਪਿਸਟ ਦੇ ਲਈ Shift 1, Shift 2, Shift 3 ਦੇ ਲਈ ਹੋਏਗਾ, ਜਿਸ ਦੇ ਵਿੱਚ 8:30 ਤੋਂ ਲੈ ਕੇ ਜਿਹੜੇ ਕਿ ਸ਼ਾਮ ਦੇ 6:30 ਤੱਕ ਤੁਹਾਡੇ ਟੈਸਟ ਹੋਣੇ ਹੈ। ਤੁਸੀਂ ਆਪਣੇ ਅਕੋਰਡਿੰਗਲੀ ਜਿਹੜੀ ਪੋਸਟ ਵਾਲੀ ਅਪਲਾਈ ਕੀਤਾ ਉਹ ਤੁਸੀਂ ਚੈੱਕ ਕਰ ਸਕਦੇ ਹੋ। ਉਸ ਤੋਂ ਲੋਅਰ ਡਿਵੀਜ਼ਨ ਟਾਈਪਿਸਟ ਦਾ ਹੀ Shift 1 4 ਅਗਸਤ ਨੂੰ ਹੋਏਗਾ, ਜੋ ਕਿ 8:30 ਤੋਂ ਲੈ ਕੇ 10:30 ਤੱਕ ਇੱਕ ਹੋਏਗਾ। ਉਸ ਤੋਂ ਬਾਅਦ 12:30 ਤੋਂ ਲੈ ਕੇ 2:30 ਤੱਕ ਦੂਸਰਾ ਸ਼ਿਫਟ ਦੇ ਵਿੱਚ, ਔਰ ਤੀਸਰੀ ਸ਼ਿਫਟ 4:30 ਤੋਂ ਲੈ ਕੇ 6:30 ਤੱਕ ਤੁਹਾਡਾ ਜਿਹੜਾ 4 ਅਗਸਤ ਨੂੰ ਟੈਸਟ ਉਹ ਹੋਏਗਾ ਜੀ। ਅਸਿਸਟੈਂਟ ਲਾਈਨਮੈਨ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹ ਤੁਹਾਡਾ ਜਿਹੜਾ Shift 1 ਜਿਹੜੀ ਹੈ 8:30 ਤੋਂ ਲੈ ਕੇ 10:30 ਤੱਕ 5 ਅਗਸਤ ਨੂੰ, Shift 2 ਜਿਹੜੀ ਹੈ 12:30 ਤੋਂ ਲੈ ਕੇ 2:30 ਤੱਕ, ਅਤੇ ਇਸ ਦੇ ਵਿੱਚ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਅਤੇ ਆਰਕੀਟੈਕਟ ਦੇ Shift 3 ਦੇ ਵਿੱਚ ਹੋਣਗੇ, ਜੋ ਕਿ 4:30 ਤੋਂ ਲੈ ਕੇ 6:30 ਤੱਕ ਤੁਹਾਡਾ ਟੈਸਟ ਜਿਹੜਾ ਜੀ ਉਹ ਹੋਏਗਾ। ਨੈਕਸਟ ਜਿਹੜੀ ਅਗਰ ਅਸੀਂ ਗੱਲ ਕਰਦੇ ਹਾਂ 6 ਅਗਸਤ ਨੂੰ ਜਿਹੜਾ ਤੁਹਾਡਾ ਟੈਸਟ ਹੋਣਾ ਹੈ Shift 1 ਦੇ ਵਿੱਚ ਹੋਏਗਾ, ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਦੇ ਅਕਾਊਂਟ ਆਫਿਸਰ ਦੀ Shift 1 8:30 ਤੋਂ ਲੈ ਕੇ 10:30 ਤੱਕ, ਲੋਅਰ ਡਿਵੀਜ਼ਨ ਕਲਰਕ ਅਕਾਊਂਟਸ ਅਸਿਸਟੈਂਟ ਮੈਨੇਜਰ IT, ਅਤੇ ਉਸ ਤੋਂ ਬਾਅਦ ਜਿਹੜਾ ਜੂਨੀਅਰ ਇੰਜੀਨੀਅਰ ਸਿਵਲ ਦਾ Shift 3 ਦੇ ਵਿੱਚ ਹੋਏਗਾ, ਜੋ ਕਿ 4:30 ਤੋਂ ਲੈ ਕੇ 6:30 ਤੱਕ ਹੋਣਾ ਹੈ। ਇਹ ਟੈਲੀਫੋਨਿਕ ਮਕੈਨਿਕ ਦਾ ਵੀ ਜਿਹੜਾ Shift 3 ਦੇ ਵਿੱਚ ਹੋਏਗਾ, ਜੋ ਕਿ 4:30 ਤੋਂ ਲੈ ਕੇ 6:30 ਤੱਕ ਹੋਏਗਾ। ਸੋ ਇਹ ਜਿਹੜੇ ਟੈਸਟ ਨੇ ਤੁਹਾਡੇ ਇਹ ਟੋਟਲ 2 ਅਗਸਤ ਤੋਂ ਲੈ ਕੇ 6 ਅਗਸਤ ਤੱਕ ਹੋਣੇ ਨੇ ਜੀ CBT। ਇਸ ਦੇ ਲਈ ਜਿਹੜੇ ਐਡਮਿਟ ਕਾਰਡ ਨੇ ਉਹ ਅਵੇਲੇਬਲ ਨੇ, ਜੋ ਕਿ 12/7/2021 ਤੋਂ ਵੈਬਸਾਈਟ, ਜੋ ਕਿ ਇਹਨਾਂ ਦੇ PSPCL.org 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਜੋ ਕਿ ਐਡਮਿਟ ਕਾਰਡ ਫੋਰ ਔਨਲਾਈਨ CBT ਅਗੇਂਸਟ, ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ। ਤੁਸੀਂ ਆਪਣੇ ਜਿਹੜੇ ਵੀ ਨੋਟੀਫਿਕੇਸ਼ਨ ਲਈ ਤੁਸੀਂ ਅਗਰ 10/2021 ਲਈ ਕੀਤਾ ਤਾਂ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਜਿਹੜਾ ਅਗਰ 11/2021 ਲਈ ਕੀਤਾ ਤੁਸੀਂ ਉਹ 'ਤੇ ਟੈਪ 'ਤੇ ਕਲਿੱਕ ਕਰਕੇ ਜਿਹੜਾ ਆਪਣਾ ਨੋਰਮਲੀ ਡਾਊਨਲੋਡ ਕਰ ਸਕਦੇ ਹੋ। ਕੈਂਡੀਡੇਟ ਜਿਹਨਾਂ ਨੂੰ ਇਸ਼ੂ ਹੈਗਾ ਕਿਸੇ ਵੀ ਰਿਗਾਰਡਿੰਗ, ਜਾਂ ਤਾਂ ਡਾਊਨਲੋਡ ਨਹੀਂ ਕਰ ਪਾ ਰਹੇ ਜਾਂ ਐਡਮਿਟ ਕਾਰਡ ਹੀ ਡਾਊਨਲੋਡ ਨਹੀਂ ਹੋ ਰਿਹਾ ਜਾਂ ਉਹ ਨਹੀਂ ਕਰ ਪਾ ਰਹੇ, ਤਾਂ ਉਹ ਜਿਹੜੇ ਫੈਸਿਲਿਟੇਸ਼ਨ ਸੈਂਟਰ ਜਿਹੜੇ ਨੇ ਕ੍ਰੀਏਟ ਕੀਤੇ ਗਏ ਨੇ PSTCL ਬਾਰੇ, ਜੋ ਕਿ ਲਿਸਟ ਜਿਹੜੀ ਹੈ ਉਹਨਾਂ ਨੇ ਜਾਰੀ ਕਰ ਦਿੱਤੀ ਹੈ PSTCL.org 'ਤੇ, ਉੱਥੇ ਜਾ ਕੇ ਇੱਕ ਵਾਰੀ ਜ਼ਰੂਰ ਨਾਲ ਚੈੱਕ ਕਰ ਲੈਣ। ਇਨ ਫਿਊਚਰ ਸਾਰੀ ਇਨਫੋਰਮੇਸ਼ਨ ਜਿਹੜੀ ਹੋਏਗੀ PSTCL ਦੀ ਉਹ ਵੈਬਸਾਈਟ 'ਤੇ ਹੀ ਦਿੱਤੀ ਜਾਏਗੀ। ਸੋ ਤੁਹਾਨੂੰ ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਕਿ ਤੁਹਾਨੂੰ ਨਹੀਂ ਮਿਲ ਪਾ ਰਿਹਾ, ਤੁਸੀਂ ਡਾਊਨਲੋਡ ਵੀ ਨਹੀਂ ਕਰ ਪਾ ਰਹੇ ਐਡਮਿਟ ਕਾਰਡ, ਸੋ ਤੁਸੀਂ ਜਿਹੜੇ ਫੈਸਿਲਿਟੇਸ਼ਨ ਸੈਂਟਰ ਨੇ ਉੱਥੇ ਜਾ ਕੇ ਡਾਊਨਲੋਡ ਵੀ ਕਰਵਾ ਕੇ ਦੇਣਗੇ ਤੁਹਾਨੂੰ, ਔਰ ਹਰ ਤਰ੍ਹਾਂ ਦੀ ਹੈਲਪ ਜਿਹੜੀ ਹੈ ਮੁਹੱਈਆ ਕਰਵਾਉਣਗੇ। ਸੋ ਤੁਸੀਂ ਜਿਹੜਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ PSTCL ਵੱਲੋਂ, ਇਹ ਜਿਹੜੀ ਮੁਹੱਈਆ ਕਰਵਾਈ ਹੋਈ ਹੈ ਤੁਹਾਡੇ ਲਈ ਫੈਸਿਲਿਟੀ।
किसी तरह का कोई डाउट है तुम सानू कमेंट करके दसो जी। इस तो इलावा होर कई रिक्रूटमेंट जी ने पंजाब के लिए आउट हुई हैं नहीं, तुम जल्दी न जाके साड़ी वैबसाइट से जरूर चैक जरूर करना। ये तो लिए असं नवे नवे रिक्रूटमेंट नोटिफिकेशन लैके आते ही रहेंगे। ये सीगा जी आज का नोटिफिकेशन, तो मैं तुहानू हुण मिलांगा नवे नोटिफिकेशन दे नाल। तुसी साडे चैनल नूं सबसक्राइब रखना, तो बैल आइकन जरूर दबा देना, और अगर किसी गवर्नमेंट जॉब की तैयारी कर रहे हो उस लई स्टडी मटीरियल तुसी जिहड़ा इस वीडियो डिस्क्रिप्शन बॉक्स तों डाउनलोड कर सकते हो। सो मिलांगे जी अगली वीडियो, तद तक दे लई धन्नवाद जी।